ਕਿ ਜੇਕਰ ਤੁਸੀਂ ਮਹੱਲਾ ਕਲੀਨਿਕ ਆਪਦਾ ਖੋਲ੍ਹਣਾ ਹੀ ਆ ਕਿ ਉਹਨੂੰ ਜ਼ਰੂਰ ਖੋਲ੍ਹੋ, ਪਰ ਇਹ ਆ ਕਿ ਜਿਹੜਾ ਪਹਿਲਾਂ ਹੋਸਪਿਟਲ ਬਣਿਆ ਸੀ ਤੁਸੀਂ ਉਹਦੀਆਂ ਕੰਧਾਂ ਢਾ ਕੇ ਅਤੇ ਪੈਸੇ ਖਾਣ ਵਾਲਾ ਜਿਹੜਾ ਇਹ ਤੁਹਾਡਾ ਤਰੀਕਾ ਇਹ ਠੀਕ ਨਹੀਂ ਗਾ। ਮਹੱਲਾ ਕਲੀਨਿਕ ਇਹ ਤਾਂ ਜੀ ਪਿੰਡ 'ਚ ਪੈਸੇ ਲੱਗੇ ਆ ਜੀ, ਕੋਈ ਪਿੰਡ 'ਚੋਂ ਗਿਆ ਤਾਂ ਨਹੀਂ ਗਾ ਜੀ, ਕੋਈ ਬਣਿਆ ਕੋਈ ਚੰਗੀ ਚੀਜ਼ ਬਣੀ ਆ ਉਹ ਪਿੰਡ 'ਚ ਪੈਸੇ ਆ ਕੇ ਲੱਗੇ ਆ ਜੀ, ਉਹ ਐਵੇਂ ਜਿਹੜੇ ਰੌਲਾ ਪਾਉਣ ਪਾਈ ਜਾਣ ਉਹਨਾਂ ਦਾ ਕੰਮ ਰੌਲਾ ਪਾਉਣਾ ਜੀ, ਸਾਡਾ ਅਸੀਂ ਇਸ ਗੱਲ ਦੇ ਹੱਕ ਦਿੰਦੇ। ਅਤੇ ਇਹ ਵਾਟਰ ਬਕਸ ਦੀ ਟੈਂਕੀ ਕਾਫੀ ਸਾਲਾਂ ਤੋਂ ਜਿਹੜੀ ਉਹ ਖਰਾਬ ਹੋਈ ਆ, ਉਹਦੀ ਹਾਲਤ ਆ ਜਿਹੜੀ ਉਹ ਖਸਤਾ ਹੋਈ ਪਈ, ਉਹਦੀਆਂ ਕਈ ਵਾਰ ਪੌੜੀਆਂ ਆਪਦੀ ਆਪ ਟੁੱਟ ਕੇ ਜਿਹੜੀਆਂ ਡਿੱਗਣੀਆਂ ਉਹ ਸ਼ੁਰੂ ਹੋਈਆਂ ਨੇ। ਕੋਈ ਕਮੀ ਨਹੀਂ ਜੀ, ਸਿਰਫ ਪੌੜੀਆਂ 'ਚ ਕਮੀ ਹੈ ਜੀ। ਜਦੋਂ ਠੇਕੇਦਾਰ ਦੀ ਟੈਂਕੀ ਬਣ ਗਈ ਜੀ ਸਰਕਾਰ ਵੱਲੋਂ, ਐਵੇਂ ਨਹੀਂ ਟੈਂਕੀਆਂ ਬਣ ਜਾਂਦੀਆਂ ਵੀ ਐਵੇਂ ਡਿੱਗ ਪੂਗੀ, ਟੈਂਕੀਆਂ ਬਣਦੀਆਂ ਸਰਕਾਰ ਦੀ ਪੂਰੀ ਪ੍ਰਪੋਜ਼ਲ ਹੁੰਦੀ, ਕੋਈ ਐਵੇਂ ਨਹੀਂ ਵੀ ਚੀਜ਼ ਬਣ ਜੂ ਫੜਕ ਦੇਣ ਜਾ ਪੂਗੀ। ਬਹੁਤ ਸਾਰੇ ਵਿਕਾਸ ਦੇ ਜਿਹੜੇ ਨਾਅਰੇ ਮਾਰ ਰਹੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਵੀ ਅਸੀਂ ਭਾਈ ਪੈਲਸ ਬਣਾ ਤਾ, ਪੈਲਸ 5 ਸਾਲ ਹੋ ਚੱਲੇ ਆ ਜੀ ਬਣਦੇ ਪਏ ਨੂੰ, ਹਜੇ ਤਾਂ ਕੰਪਲੀਟ ਨਹੀਂ ਹੋਇਆ, ਲੱਖਾਂ ਰੁਪਈਆ ਉਹਦੀ ਭਰਤੀ ਪਹੁੰਚ ਹੀ ਖਾ ਗਈ। ਇੱਥੇ ਇੱਕ ਸਵਾਲ ਉੱਠਿਆ ਸੀ ਤੁਹਾਡੇ ਪਿੰਡ ਦੇ ਵਿੱਚੋਂ ਕਿ ਜਿਸ ਜਗ੍ਹਾ 'ਤੇ ਬਣ ਰਿਹਾ ਉੱਥੇ ਇਹ ਅਨਾਊਂਸਮੈਂਟ ਹੋਈ ਸੀ ਜਾਂ ਇਹ ਐਲਾਨ ਹੋਇਆ ਸੀ, ਫੈਸਲਾ ਹੋਇਆ ਸੀ ਕਿ ਇੱਥੇ ਕੁਛ ਪਲਾਟ ਕੱਟ ਕੇ ਦਿੱਤੇ ਜਾਣਗੇ ਗਰੀਬ ਲੋਕਾਂ ਨੂੰ, ਕੁਝ 5-5 ਮਰਲਿਆਂ ਦੇ, ਉਹ ਉਹ ਉਹਦੇ ਇਸ ਤਰ੍ਹਾਂ ਦਾ ਕੁਛ ਨਹੀਂ ਹੋਇਆ ਸੀ। ਧੜੇਬਾਜ਼ੀ ਕਿਸ ਪਿੰਡ 'ਚ ਨਹੀਂ ਹੁੰਦੀ, ਕਿਸੇ ਪਾਰਟੀ ਦਾ ਸਮਰਥਕ ਹੋਣਾ ਜਾਂ ਨਾ ਹੋਣਾ, ਧਾਰਮਿਕ ਹੋਣਾ ਭਾਵ ਆਸਤਿਕ ਹੋਣਾ ਜਾਂ ਨਾਸਤਿਕ ਹੋਣਾ ਸਭ ਜਾਇਜ਼ ਹੈ, ਪਰ ਉਦੋਂ ਤੱਕ ਜਦੋਂ ਤੱਕ ਇਹ ਸਭ ਕਿਸੇ ਲਈ ਨੁਕਸਾਨ ਦੇ ਨਾ ਹੋਣ, ਸਗੋਂ ਇਹ ਸਭ ਹੋਣਾ ਸਮਾਜ ਦੀ ਖੂਬਸੂਰਤੀ ਵੀ ਹੈ। ਮਾੜੇ ਕੰਮਾਂ ਦੀ ਨਿਖੇਧੀ ਹੁੰਦੀ ਹੈ ਅਤੇ ਚੰਗੇ ਕੰਮ ਕਰਨ ਲਈ ਸੇਧ ਮਿਲਦੀ ਹੈ। ਅਜਿਹਾ ਹੀ ਇੱਕ ਪਿੰਡ ਹੈ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਦੀਪ ਸਿੰਘ ਵਾਲਾ। ਪਿੰਡ ਦੀਪ ਸਿੰਘ ਵਾਲਾ ਸ਼ਹਿਰ ਫਰੀਦਕੋਟ ਤੋਂ ਲਹਿੰਦੇ ਵਾਲੇ ਪਾਸੇ ਕਰੀਬ 25 ਕਿਲੋਮੀਟਰ ਦੂਰ ਵਸਿਆ ਹੋਇਆ ਹੈ। ਪਿੰਡ ਦੀ ਕੁੱਲ ਆਬਾਦੀ 7,000 ਦੇ ਕਰੀਬ ਹੈ ਅਤੇ ਕੁੱਲ ਵੋਟ 3,000 ਹੈ। ਪਿੰਡ 'ਚ 4 ਗੁਰਦੁਆਰਾ ਸਾਹਿਬ, 1 ਮੰਦਰ, 2 ਨਿੱਜੀ ਸਕੂਲ ਅਤੇ 2 ਸਰਕਾਰੀ ਸਕੂਲ ਨੇ। ਚਲੋ ਸ਼ੁਰੂਆਤ ਪਿੰਡ ਦੇ ਪ੍ਰਾਇਮਰੀ ਸਮਾਰਟ ਸਕੂਲ ਤੋਂ ਕਰਦੇ ਹਾਂ। ਸਕੂਲ ਦੀ ਇਮਾਰਤ ਲਗਭਗ ਨਵੀਂ ਹੈ, ਸੋਹਣਾ ਪਾਰਕ, ਮੁਕੰਮਲ ਇਨਫਰਾਸਟ੍ਰਕਚਰ ਅਤੇ ਅਧਿਆਪਕ, ਪਰ ਇੱਕੋ ਕਮੀ ਹੈ,
ਇਸ ਸਕੂਲ 'ਚ ਲੱਗੇ ਫੁੱਲ ਬੂਟੇ ਅਤੇ ਹੋਰ ਦੇਖ ਰੇਖ ਲਈ ਸਰਕਾਰੀ ਚੌਕੀਦਾਰ ਨਹੀਂ। ਇਹ ਬਿੱਟੂ ਗਿਰਦਰ ਹੈ, ਇਹ ਪਿੰਡ ਦਾ ਬਾਸ਼ਿੰਦਾ ਹੈ। ਬਿੱਟੂ ਦੁਕਾਨਦਾਰੀ ਦੇ ਨਾਲ ਨਾਲ ਸਕੂਲ ਦੀ ਦੇਖ ਰੇਖ ਕਰਦਾ ਹੈ। ਇਹ ਜਿੰਨੇ ਵੀ ਬੂਟੇ ਜਾਂ ਸਬਜ਼ੀਆਂ ਵਗੈਰਾ ਲੱਗੀਆਂ ਤੁਸੀਂ ਦੇਖ ਰਹੇ ਹੋ, ਇਹ ਸਭ ਇਹਨਾਂ ਨੇ ਹੀ ਲਗਵਾਈਆਂ ਨੇ। ਇਹਨਾਂ ਦੀ ਦੇਖਭਾਲ ਲਈ ਆਪਣੀ ਜੇਬ 'ਚੋਂ ਖਰਚ ਕਰਕੇ ਇੱਕ ਚੌਕੀਦਾਰ ਰੱਖਿਆ ਜੋ ਸਕੂਲ ਅਤੇ ਫੁੱਲ ਬੂਟਿਆਂ ਦੀ ਸੰਭਾਲ ਕਰਦਾ। ਮੇਰਾ ਨਾਮ ਬਿੱਟੂ ਗਿਰਦਰ, ਦੀਪ ਸਿੰਘ ਵਾਲਾ ਮੇਰਾ ਪਿੰਡ ਹੈ। ਅਤੇ ਪਹਿਲਾਂ ਤਾਂ ਮੈਂ ਚੈਨਲ ਦਾ ਤੁਹਾਡੇ ਦਾ ਰਵੀ ਜੀ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਅੱਜ ਤੁਸੀਂ ਟਾਈਮ ਕੱਢ ਕੇ ਸਾਡੇ ਚੈਨਲ ਸਕੂਲ ਦਿਖਾਉਣ ਲੱਗੇ ਹੋ। ਸਾਡੇ ਪਿੰਡ ਦੀ ਜਗ੍ਹਾ ਵੱਖ ਵੱਖ ਲੋਕੇਸ਼ਨਾਂ ਦਿਖਾਈਆਂ, ਬਹੁਤ ਵਧੀਆ ਲੱਗਾ। ਕੁਛ ਅਸੀਂ ਆਪਦੇ ਕੋਲ ਹੀ ਇੱਕ ਚੌਕੀਦਾਰ ਰੱਖਿਆ ਬੰਦਾ, ਉਹ ਰਾਤ ਦੀ ਡਿਊਟੀ ਵੀ ਦਿੰਦਾ ਅਤੇ ਦਿਨੇ ਜਿਵੇਂ ਪਾਣੀ ਦੀ ਲੋੜ ਆ ਜਾਂ ਮੰਨ ਲਓ ਕਿਸੇ ਸਪਰੇਅ ਦੀ ਜਾਂ ਖਾਦ ਦੀ ਕਿਸੇ ਚੀਜ਼ ਦੀ ਲੋੜ ਆ ਉਹ ਪਾਉਂਦਾ ਰਹਿੰਦਾ। ਅਤੇ ਲਿਆ ਅਸੀਂ ਦਿੰਦੇ ਹਾਂ, ਜਿਹੜੀ ਚੀਜ਼ ਲਾਉਣੀ ਹੁੰਦੀ ਹੈ, ਕੋਈ ਨਵੇਂ ਫੁੱਲ ਲਿਆ ਕੇ ਲਾਤੇ ਉਹ ਲਿਆ ਕੇ ਦੇ ਦਿਓ, ਬਾਈ ਆਪੇ ਲਾ ਦਿੰਦੇ। ਕਾਲਾ ਸਿੰਘ ਉਹਦੇ ਨਾਲ ਨਹੀਂ, ਸਰਕਾਰ ਵੱਲੋਂ ਨਹੀਂ ਗਾ ਜੀ, ਇਹ ਅਸੀਂ ਆਪਦੇ ਕੋਲੋਂ ਕਰਦੇ। ਇੱਥੇ 200-69 ਬੱਚੇ, ਹਾਂ ਅਧਿਆਪਕ ਸਾਰੇ ਪੂਰੇ ਆ। ਅਧਿਆਪਕਾਂ ਜਿਹੜੇ ਸਟਾਫ ਆ ਬਹੁਤ ਵਧੀਆ ਨੇਚਰ ਦਾ, ਜ਼ਿਆਦਾ ਲੇਡੀਜ਼ ਹੈ, 3 ਹੁਣ ਜੈਂਟਸ ਆਏ ਆ। ਅਤੇ ਪਿਛਲਾ ਸਾਲ ਲਗਭਗ ਸਾਰਾ 4 ਜਾਣੀ ਕਿ ਲੇਡੀਜ਼ ਰਹੀਆਂ, 2 ਪੰਚਾਇਤ ਨੇ ਟੀਚਰ ਰੱਖੇ ਹੋਏ ਸੀਗੇ। ਅਤੇ ਇਹਦੇ ਕਰਕੇ ਸਾਡਾ ਲਗਾਓ ਜ਼ਿਆਦਾ ਸੀ, ਜਿਹੜਾ ਕੰਮ ਹੁੰਦਾ ਸੀ ਸਾਨੂੰ ਕਹਿ ਦਿੰਦੇ, ਅਸੀਂ ਚਲੋ ਵਧੀਆ ਸਰ ਰਲ ਮਿਲ ਕੇ ਕਰ ਲੈਂਦੇ ਸੀ। ਹਾਂ ਇੱਥੇ ਪਿਛਲੇ ਸਾਲ ਵੀ ਗੋਭੀ ਲਾਈ ਸੀਗੀ ਅਤੇ ਬਹੁਤ ਵਧੀਆ ਜਾਣੀ ਕਿ ਲੱਗਿਆ ਸਾਰਾ ਸਬਜ਼ੀ। ਹੁਣ ਵੀ ਦੁਬਾਰਾ ਲਾਈ ਹੈ, ਨਿੰਬੂਆਂ ਦੇ ਬੂਟੇ ਲਾਏ ਆ, ਕਮਾਦ ਵੀ ਲਾਇਆ ਹੋਇਆ ਅਤੇ ਅਮਰੂਦ ਵਗੈਰਾ ਸਾਰਾ ਕੁਛ ਜਾਣੀ ਕਿ ਲਾਇਆ ਅਤੇ ਜਿਹੜਾ ਚੀਜ਼ ਬੱਚਿਆਂ ਨੂੰ ਬਣਾ ਕੇ ਖਵਾ ਵੀ ਦਿੱਤੀ। ਪਿੰਡ ਦੇ ਵਿਕਾਸ ਕਾਰਜਾਂ ਬਾਰੇ ਪਿੰਡ ਦੇ ਸਰਪੰਚ ਨਾਲ ਵੀ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਇਹਨਾਂ ਨੌਜਵਾਨਾਂ ਦੀ ਗੱਲ ਸੁਣ ਲਈਏ। ਇਹਨਾਂ ਨੇ ਸਾਨੂੰ ਪਿੰਡ 'ਚ ਵੜਨ ਸਾਰ ਹੀ ਰੋਕ ਲਿਆ, ਇਹ ਪਿੰਡ 'ਚ ਬਣ ਰਹੇ ਮੁਹੱਲਾ ਕਲੀਨਿਕ ਬਾਰੇ ਕੁਝ ਦੱਸਣਾ ਚਾਹੁੰਦੇ ਆ। ਵਿਰੋਧ ਅਸੀਂ ਇਸ ਕਰਕੇ ਕਰ ਰਹੇ ਹਾਂ ਜੀ ਕਿ ਜਿਹੜਾ ਸਾਡੇ ਪਿੰਡ ਦਾ ਇਹ ਹੋਸਪਿਟਲ ਹੁੰਦਾ ਸੀ 2 ਬੈੱਡਾਂ ਵਾਲਾ, ਇੱਥੇ ਮਰੀਜ਼ਾਂ ਨੂੰ ਕੋਈ ਘੰਟਾ 2 ਘੰਟੇ 4 ਘੰਟੇ ਵਾਸਤੇ ਡਾਕਟਰ ਦਾਖਲ ਕਰਕੇ ਵੀ ਉਹਨਾਂ ਦੇ ਬੋਤਲਾਂ ਵਗੈਰਾ ਵੀ ਕੋਈ ਜੇ ਲਾਉਣ ਦੀ ਲੋੜ ਹੁੰਦੀ ਸੀ ਤਾਂ ਲਾ ਦਿੰਦੇ ਸੀ। ਪਰ ਜਿਹੜਾ ਇਹ ਸਰਕਾਰ ਨੇ ਹੁਣ ਆਪਦੀ ਫੋਟੋ ਲਾ ਕੇ ਅਤੇ ਮੁਹੱਲਾ ਕਲੀਨਿਕ ਬਣਾਏ ਆ, ਇਹਦੇ ਵਿੱਚ ਕੀ ਆ ਕਿ ਸਿਰਫ ਗੋਲੀਆਂ ਦੱਸਦੇ ਆ ਵੀ ਜ਼ਰੂਰ ਮਿਲਦੀਆਂ ਲੋਕਾਂ ਨੂੰ, ਅਤੇ ਜਾਂ ਜਿਹੜੇ ਡਾਕਟਰਾਂ ਨੂੰ ਜਿਹੜੀਆਂ ਉਹ ਸਰਕਾਰੀ ਤੌਰ 'ਤੇ ਡਾਕਟਰ ਨੀਗੇ, ਪੱਕੇ ਤੌਰ 'ਤੇ ਵੀ ਰੈਗੂਲਰ ਉਹਨਾਂ ਨੂੰ ਤਨਖਾਹ ਵਗੈਰਾ ਮਿਲੇ, ਉਹ ਵੀ ਕਮਿਸ਼ਨ 'ਤੇ ਆ। ਜਦੋਂ ਕਿ ਇਸ ਦੀਪ ਸਿੰਘ ਵਾਲਾ ਨਗਰ ਆ ਜਿੱਡਾ, ਇਹਦੀ ਘੱਟੋ ਘੱਟ 10,000 ਦੇ ਕਰੀਬ ਆਬਾਦੀ ਆ, ਸਾਡੀ ਨਗਰ ਦੀ ਮੰਗ ਇਹ ਆ ਕਿ ਜੇਕਰ ਤੁਸੀਂ ਮੁਹੱਲਾ ਕਲੀਨਿਕ ਆਪਦਾ ਖੋਲ੍ਹਣਾ ਹੀ ਆ ਕਿ ਉਹਨੂੰ ਜ਼ਰੂਰ ਖੋਲ੍ਹੋ, ਪਰ ਇਹ ਆ ਕਿ ਜਿਹੜਾ ਪਹਿਲਾਂ ਹੋਸਪਿਟਲ ਬਣਿਆ ਸੀ ਤੁਸੀਂ ਉਹਦੀਆਂ ਕੰਧਾਂ ਢਾ ਕੇ ਅਤੇ ਪੈਸੇ ਖਾਣ ਵਾਲਾ ਜਿਹੜਾ ਇਹ ਤੁਹਾਡਾ ਤਰੀਕਾ ਇਹ ਠੀਕ ਨਹੀਂ ਗਾ। ਵੀ ਊਂ ਤੁਸੀਂ ਕਹਿੰਦੇ ਹਾਂ ਕਿ ਭ੍ਰਿਸ਼ਟਾਚਾਰ ਮੁਕਤ ਅਸੀਂ ਪੰਜਾਬ ਬਣਾਉਣਾ ਚਾਹੁੰਦੇ ਹਾਂ, ਅਤੇ ਭ੍ਰਿਸ਼ਟਾਚਾਰ ਤਾਂ ਤੁਸੀਂ ਖੁਦ ਸ਼ੁਰੂ ਕੀਤਾ ਹੋਇਆ ਕਿ ਪਹਿਲਾਂ ਜਿਹੜਾ ਇਹਦੇ 'ਚ ਭ੍ਰਿਸ਼ਟਾਚਾਰ ਐਂ ਨਜ਼ਰ ਆ ਰਿਹਾ ਜੀ, ਕਿਹਾ ਤਾਂ ਇਹ ਜਾ ਰਿਹਾ ਕਿ 22 ਤੋਂ ਲੈ ਕੇ 25 ਲੱਖ ਰੁਪਈਆ ਇੱਕ ਮੁਹੱਲਾ ਕਲੀਨਿਕ 'ਤੇ ਲੱਗਦਾ।
ਤੇ ਪਰ ਇਹਦੇ ਤੇ ਸਾਨੂੰ ਐਂ ਲੱਗਦਾ ਕਿ 60-70 ਹਜ਼ਾਰ ਹੀ ਲਾਇਆ, ਬਾਹਲਾ ਨਹੀਂ ਲਾਉਣ ਦੀ ਲੋੜ ਪਈ ਉਹਨਾਂ ਨੂੰ। ਤੇ ਗ੍ਰਾਂਟ ਇਹ ਜਿਹੜੀ 22-25 ਲੱਖ ਦੀ ਉਹ ਸਾਰੀ ਦੀ ਸਾਰੀ ਗਬਨ ਹੋਣੀ ਆ, ਕਿਉਂਕਿ ਹੌਸਪੀਟਲ ਦੀ ਬਿਲਡਿੰਗ ਆ ਜਿਹੜੀ ਉਹ ਪਹਿਲਾਂ ਹੀ ਬਣ ਚੁੱਕੀ ਸੀਗੀ, ਵਧੀਆ ਬਣਾ ਦਿੱਤੀ ਗਈ ਸੀ ਨਵੀਂ, ਅਤੇ ਉਹਦੀਆਂ ਹੀ ਵਿੱਚੋਂ ਕੰਧਾਂ ਢਾ ਕੇ ਅਤੇ ਇਹਨੂੰ ਜਿਹੜਾ ਮਹੱਲਾ ਕਲੀਨਿਕ ਦਾ ਰੂਪ ਦੇਣ ਲੱਗੇ ਸੀ। ਉਸ ਤੋਂ ਬਾਅਦ ਲਗਾਤਾਰ ਜਿਹੜਾ ਵਿਰੋਧ ਹੋਇਆ ਅਤੇ ਇਹਨਾਂ ਨੇ ਇਹਦੇ 'ਚ ਕੀ ਬਦਲ ਕੀਤਾ, ਇਕੱਲਾ ਨਾਮ ਬਦਲਤਾ ਕਿ ਮਹੱਲਾ ਕਲੀਨਿਕ ਤੋਂ ਚੱਕ ਕੇ ਆਮ ਆਦਮੀ ਕਲੀਨਿਕ ਕਰਤਾ। ਪਰ ਆਮ ਆਦਮੀ ਕਲੀਨਿਕ ਕਰਨ ਦੇ ਨਾਲ ਕੀ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਚਾਹੀਦੀਆਂ ਉਹ ਮਿਲ ਜਾਣਗੀਆਂ, ਜਦੋਂ ਕਿ ਸਾਡੇ ਨਗਰ ਦੇ ਵਿੱਚ ਜਿੱਡੀ ਇੱਥੇ ਆਬਾਦੀ ਆ, ਮੰਗ ਆ ਲੋਕਾਂ ਦੀ ਕਿ ਇੱਥੇ ਇੱਕ ਕੋਈ 10-11 ਹੌਸਪੀਟਲ ਬਿੱਡਾਂ ਦਾ ਜਿਹੜਾ ਹੌਸਪੀਟਲ ਹੋਣਾ ਚਾਹੀਦਾ, ਅਤੇ ਪਿੰਡ ਦੇ ਵਿੱਚ ਇੱਕ ਐਂਬੂਲੈਂਸ ਹੋਣੀ ਚਾਹੀਦੀ ਆ, ਅਤੇ ਤਾਂ ਜੋ ਜਿਹੜਾ ਇੱਥੇ ਡਾਕਟਰ ਆ ਉਹ MBBS ਡਾਕਟਰ ਜਿਹੜਾ 24 ਘੰਟੇ ਆਉਣਾ ਚਾਹੀਦਾ, ਇੱਥੇ ਕੋਈ ਮਾਹਰ ਲੇਡੀ ਰੋਗਾਂ ਦੀ ਮਾਹਰ ਡਾਕਟਰ ਵੀ ਜਿਹੜੀ ਹੋਣੀ ਚਾਹੀਦੀ ਆ। ਸਾਡੇ ਨਗਰ ਨੇ ਇਕੱਲਾ ਇਸ ਚੀਜ਼ ਦਾ ਨਹੀਂ ਵਿਰੋਧ ਕੀਤਾ ਕਿ ਨਗਰ 'ਚ ਮਹੱਲਾ ਕਲੀਨਿਕ ਕਿਉਂ ਬਣ ਰਿਹਾ। ਪਹਿਲੀ ਤਾਂ ਗੱਲ ਆ, ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਆ ਕਿ 10,000 ਦੀ ਆਬਾਦੀ ਵਾਲੇ ਪਿੰਡ ਨੂੰ ਇੱਕ ਮਹੱਲੇ ਦਾ ਨਾਂ ਦੇ ਰਹੇ ਆ। ਮਹੱਲਾ ਕਲੀਨਿਕ ਦੀ ਪਰਿਭਾਸ਼ਾ ਤਾਂ ਸਾਨੂੰ ਦੱਸਣ ਨਾਲ ਕੀ ਹੁੰਦੀ ਆ ਕਿ ਇਸ ਪਿੰਡ ਦੇ ਨਾਲ, ਇਸ ਹੌਸਪੀਟਲ ਦੇ ਨਾਲ, ਡਿਸਪੈਂਸਰੀ ਦੇ ਨਾਲ 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 ਦੇ ਵੀ 2-3 ਪਿੰਡ ਜੁੜੇ ਹੋਏ ਸੀ, ਉੱਥੋਂ ਵੀ ਮਰੀਜ਼ ਜਿਹੜੇ ਇੱਥੇ ਆਉਂਦੇ ਸੀਗੇ। ਅਤੇ ਜਦੋਂ ਇੱਕ ਮਹੱਲਾ ਕਲੀਨਿਕ ਬਣਾ ਦੇਣਗੇ ਫਿਰ ਤਾਂ ਉਹ ਇੱਕ ਦਾਇਰੇ ਦੇ ਵਿੱਚ ਕੁਛ ਕੁ ਲੋਕਾਂ ਦਾ ਚੈੱਕਅਪ ਆ ਜਿਹੜਾ ਉਹ ਕੀਤਾ ਜਾਊਗਾ, ਜਿਹੜੇ ਬਾਹਰਲੇ ਲੋਕਾਂ ਦਾ ਰਿਕਾਰਡ ਆ ਉਹ ਖਤਮ ਹੋ ਜਾਣਾ ਇੱਥੋਂ ਸਾਰਾ। ਇਹ ਕਹਿੰਦੇ ਨੇ ਕਿ ਮੁਹੱਲਾ ਕਲੀਨਿਕ ਬਣਨ ਨਾਲ ਪਿੰਡ ਦਾ ਨਫ਼ਾ ਨਹੀਂ ਸਗੋਂ ਨੁਕਸਾਨ ਹੋਏਗਾ। ਸੁਣੋ ਪਿੰਡ 'ਚ ਹੋਰ ਕੀ ਘਾਟਾ ਨੇ। ਕਾਫ਼ੀ ਸਮਾਂ ਪਹਿਲਾਂ ਇੱਕ ਵਾਟਰ ਬਕਸ ਦੀ ਟੈਂਕੀ ਬਣੀ ਹੋਈ ਸੀ, ਵਾਟਰ ਬਕਸ ਬਣਿਆ ਸੀ ਜਿੱਥੋਂ ਲੋਕਾਂ ਨੂੰ ਘਰਾਂ ਤੱਕ ਪਾਣੀ ਜਾਂਦਾ ਸੀ, ਟੂਟੀਆਂ ਲੱਗੀਆਂ ਹੋਈਆਂ ਸੀਗੀਆਂ। ਅਤੇ ਇਹ ਵਾਟਰ ਬਕਸ ਦੀ ਟੈਂਕੀ ਕਾਫ਼ੀ ਸਾਲਾਂ ਤੋਂ ਜਿਹੜੀ ਉਹ ਖਰਾਬ ਹੋਈ ਆ, ਉਹਦੀ ਹਾਲਤ ਆ ਜਿਹੜੀ ਉਹ ਖਸਤਾ ਹੋਈ ਪਈ, ਉਹਦੀਆਂ ਕਈ ਵਾਰ ਪੌੜੀਆਂ ਆਪਦੀ ਆਪ ਟੁੱਟ ਕੇ ਜਿਹੜੀਆਂ ਡਿੱਗਣੀਆਂ ਉਹ ਸ਼ੁਰੂ ਹੋਈਆਂ ਨੇ। ਇਸ ਟੈਂਕੀ ਦੇ ਉੱਪਰੋਂ ਵੀ 2 ਬੱਚੇ ਕਬੂਤਰ ਲਾਉਣ ਗਏ, ਉਹਦੀ ਹਾਲਤ ਖਸਤਾ ਹੋਣ ਕਰਕੇ ਪੌੜੀਆਂ ਟੁੱਟ ਗਈਆਂ ਅਤੇ ਉਹ ਬੱਚੇ ਜਿਹੜੇ ਡਿੱਗ ਪਏ, ਉਹਨਾਂ ਦਾ ਕਾਫ਼ੀ ਸੱਟਾਂ ਲੱਗੀਆਂ, ਨੁਕਸਾਨ ਹੋਈਆਂ। ਇਸ ਸੰਬੰਧ ਦੇ ਵਿੱਚ ਵਾਰ-ਵਾਰ ਪੰਚਾਇਤ ਨੂੰ ਲਿਖ ਕੇ ਜਿਹੜਾ ਉਹ ਦਿੱਤਾ ਗਿਆ ਵੀ ਇਹ ਜਿਹੜੀ ਟੈਂਕੀ ਆ ਇਹਦੀ ਬੁਨਿਆਦ ਖਤਮ ਹੋ ਚੁੱਕੀ ਆ, ਇਹ ਕਿਸੇ ਦੇ ਘਰ ਦੇ ਉੱਪਰ ਡਿੱਗੂਗੀ ਜਾਂ ਰਾਹ ਗਲੀ ਜਾਂਦੇ ਆਉਂਦੇ ਦੇ ਉੱਪਰ ਡਿੱਗੂਗੀ, ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰੂਗੀ, ਵੀ ਇਹਨੂੰ ਡਿੱਗਿਆ ਜਾਵੇ, ਵੀ ਇਹਦੀ ਥਾਂ 'ਤੇ ਨਵੀਂ ਟੈਂਕੀ ਜਿਹੜੀ ਬਣਾਈ ਜਾਵੇ, ਲੋਕਾਂ ਨੂੰ ਜਿਹੜਾ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਵੱਡੀ ਸਾਡੇ ਪਿੰਡ ਦੇ ਵਿੱਚ, ਵੀ ਉਹ ਨਹਿਰ ਤੋਂ ਲੋਕ ਪਾਣੀ ਲਿਆ ਕੇ ਜਿਹੜਾ ਪੀਣ ਵਾਸਤੇ ਮਜਬੂਰ ਹੋਏ ਆ, ਵੀ ਤੁਸੀਂ ਇੱਥੇ ਜਿਹੜਾ ਬੋਰ ਕਰਾ ਕੇ ਇਸ ਵਾਟਰ ਬਕਸ ਦੀ ਟੈਂਕੀ ਨਵੀਂ ਬਣਾ ਕੇ ਲੋਕਾਂ ਨੂੰ ਟੂਟੀਆਂ ਰਾਹੀਂ ਜਿਹੜਾ ਪਾਣੀ ਆ ਘਰ ਘਰ ਤੱਕ ਪੀਣ ਵਾਲਾ ਜਿਹੜਾ ਮੁਹੱਈਆ ਕਰਾਇਆ ਜਾਵੇ। ਪਰ ਹੋ ਕੀ ਰਿਹਾ, ਇਸ ਟੈਂਕੀ ਨੂੰ ਨਵੀਂ ਬਣਾਉਣ ਦੀ ਬਜਾਏ ਇੱਥੇ ਜਾਂ ਕੋਈ ਇਹਦੀ ਰਿਪੇਅਰ ਕਰਨ ਦੀ ਬਜਾਏ, ਬੋਰ ਕਰਾ ਕੇ ਲੋਕਾਂ ਦੇ ਘਰ ਘਰ ਤੱਕ ਚੰਗਾ ਪਾਣੀ ਪਹੁੰਚਾਉਣ ਦੀ ਬਜਾਏ, ਵੀ ਇਹ ਵਾਟਰ ਬਕਸ ਦੀ ਇਹ ਆਸਮੇਦ ਲਾਤੀ ਵੀ ਇਹਨੂੰ ਗਾਂਹ ਨਹੀਂ ਚਲਾਉਣਾ, ਇਹਦੇ ਵਿੱਚ ਚੱਕ ਕੇ 4-5 ਫਲੱਸ਼ਾਂ ਪਿਛਲੇ ਦਿਨੀ ਜਿਹੜੀਆਂ ਪੰਚਾਇਤ ਨੇ ਬਣਾਤੀਆਂ, ਅਤੇ ਪੂਰਾ ਜਿਹੜਾ ਗੰਦ ਪਾਇਆ ਹੋਇਆ ਇੱਥੇ। ਠੀਕ ਆ, ਕਹਿ ਰਹੇ ਕਿ ਵਿਕਾਸ ਕੀਤਾ, ਇਹ ਵਿਕਾਸ ਆ, ਇਹ ਤਾਂ ਨਾਸ਼ ਕਰ ਰਹੇ ਆ ਪਿੰਡ ਦਾ, ਲਗਾਤਾਰ ਲੱਗੇ ਹੋਏ ਨੇ। ਇਸੇ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਸਰਕਾਰੀ ਸਕੂਲ ਆ, ਤੁਸੀਂ ਦੇਖਿਓ ਉੱਥੇ ਜਾ ਕੇ ਪ੍ਰਾਇਮਰੀ ਸਕੂਲ, ਉਹਦੇ ਵਿੱਚ ਇੱਕ ਆਂਗਣਵਾੜੀ ਸੈਂਟਰ ਆ, ਜਿੱਥੋਂ ਕਿ ਆਪਾਂ ਗੱਲ ਕਰ ਲਈਏ ਕਿ ਸ਼ੁਰੂਆਤ ਤੌਰ 'ਤੇ ਜਿਹੜਾ ਬੱਚਾ ਸਕੂਲ ਦੇ ਵਿੱਚ ਕਿਵੇਂ ਬੈਠਣਾ, ਉਹਨੇ ਕਿਵੇਂ ਜਾ ਕੇ ਉਹਨੇ ਆਪਦੀਆਂ ਕਾਪੀਆਂ ਦੀ ਸੰਭਾਲ ਕਰਨੀ, ਕੁਛ ਕਰਨਾ, ਉਹ ਆਂਗਣਵਾੜੀ ਸੈਂਟਰ ਤੋਂ ਜਿਹੜਾ ਸ਼ੁਰੂ ਹੁੰਦਾ। ਇੱਥੋਂ ਹੀ ਜਿਹੜਾ ਗਰਭਵਤੀ ਮਹਿਲਾਵਾਂ ਨੂੰ ਵੀ ਜਿਹੜਾ ਉਹ ਖਾਣ ਪੀਣ ਲਈ ਸਮਾਨ ਜਾਂ ਉਹਨਾਂ ਨੂੰ ਕੋਈ ਮਿਲਦਾ।
ਪਰ ਉਹ 5 ਸਾਲਾਂ ਤੋਂ ਲਗਾਤਾਰ ਪੰਚਾਇਤ ਦੀਆਂ ਮਿੰਨਤਾਂ ਕੀਤੀਆਂ ਜਾ ਰਹੀਆਂ ਕਿ ਇਸ ਨੂੰ ਬਣਾ ਦਿੱਤਾ ਜਾਵੇ, ਕਿਸੇ ਦੇ ਕੰਨ 'ਤੇ ਕੋਈ ਜੂ ਨਹੀਂ ਸਰਕੀ। ਹੁਣ ਸਿਰਫ ਤੋਂ ਸਿਰਫ ਉਹਦਾ ਇਕੱਲਾ ਲੈਂਟਰ ਚੱਕਤਾ ਅਤੇ ਉਹਦੇ ਵਿੱਚ ਮਿੱਟੀ ਸਿੱਟਤੀ ਆ। ਹਜੇ ਤਾਈਂ ਵੀ ਉਹਨੂੰ ਕੋਈ ਵੀ ਸਿਰੇ ਨਹੀਂ ਲਾਇਆ ਵੀ ਇਹ ਜਿਹੜਾ ਆਂਗਣਵਾੜੀ ਸੈਂਟਰ ਆ ਇਹ ਸ਼ੁਰੂ ਹੋ ਜੇ, ਚੱਲ ਇੱਥੇ ਬੱਚੇ ਜਿਹੜੇ ਉਹ ਪੜ੍ਹਨ ਲੱਗ ਜਾਣ। ਇਸੇ ਤਰ੍ਹਾਂ ਬਹੁਤ ਸਾਰੇ ਵਿਕਾਸ ਦੇ ਜਿਹੜੇ ਨਾਰੇ ਮਾਰ ਰਹੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਵੀ ਅਸੀਂ ਭਾਈ ਪੈਲਸ ਬਣਾ ਤਾ। ਪੈਲਸ 5 ਸਾਲ ਹੋ ਚੱਲੇ ਆ ਜੀ ਬਣਦੇ ਪਏ ਨੂੰ, ਹਜੇ ਤਾਈਂ ਕੰਪਲੀਟ ਨਹੀਂ ਹੋਇਆ। ਉਸ ਤੋਂ ਬਾਅਦ ਸਾਡੇ 4 ਸਵੇਰੇ ਪਿੰਡ ਦੇ 3-4 ਸ਼ੈਲਰ ਨਵੇਂ ਲੱਗ ਗਏ। ਉਹ ਸ਼ੈਲਰਾਂ ਵਾਲਿਆਂ ਨੇ ਆਪਦੇ ਸ਼ੈਲਰ ਕੰਪਲੀਟ ਕਰਕੇ ਪੂਰੇ ਸਾਲ ਦਾ ਝੋਨਾ ਪੀੜਨ ਵਾਸਤੇ ਉਹਨਾਂ ਨੇ ਉਹ ਝੋਨਾ ਵੀ ਲਾ ਲਿਆ, ਉਹ ਵੀ ਇੰਤਜ਼ਾਮ ਕਰ ਲਿਆ। ਅਤੇ ਇਹਨਾਂ ਤੋਂ ਉਹ ਬਿਲਡਿੰਗ ਨਹੀਂ ਪਈ ਕਰਕੇ ਕੰਧਾਂ 'ਤੇ ਉਹਦੇ ਉੱਪਰ ਟੀਨ ਨਹੀਂ ਪਾਉਣੀ ਸੀ, ਹਜੇ ਤਾਈਂ ਪੂਰੀ ਰਿਪੇਅਰ ਉਹਦੀ ਨਹੀਂ ਹੋਈ। ਲੱਖਾਂ ਰੁਪਈਆ ਉਹਦੀ ਭਰਤੀ ਪਾਉਣ 'ਚ ਹੀ ਖਾ ਗਏ ਵੀ ਇਹਦੇ 'ਚ ਭਰਤੀ ਪੈ ਗਈ ਉਹਦੀ। ਇੱਕ ਤੁਹਾਨੂੰ ਹੋਰ ਗੱਲ ਦੱਸੀਏ ਕਿ ਉਸ ਪੰਚਾਇਤ ਜਿੱਥੇ ਪੰਚਾਇਤ ਨੇ ਕਿਹਾ ਕਿ ਅਸੀਂ ਪੈਲਸ ਬਣਾ ਰਹੇ ਹਾਂ, ਉਹ ਪੈਲਸ ਵਾਲੀ ਜਗ੍ਹਾ ਦੇ ਉੱਪਰ ਮਜ਼ਦੂਰਾਂ ਨੂੰ ਜਿਹੜੇ 5-5 ਮਰਲਿਆਂ ਦੇ ਪਲਾਟ ਕੱਟ ਕੇ ਦਿੱਤੇ ਗਏ ਸੀ। ਉਹ ਪਲਾਟਾਂ ਵਾਲੀ ਜਗ੍ਹਾ 'ਤੇ ਮਜ਼ਦੂਰਾਂ ਦੇ ਨਾਲ ਇੱਕ ਸਮਝੌਤਾ ਹੋ ਗਿਆ ਵੀ ਚਲੋ ਉਹ ਜਗ੍ਹਾ ਜੇ ਪੰਚਾਇਤ ਵਰਤ ਲੈਂਦੀ ਆ ਜਾਂ ਕਿਸੇ ਕੰਮ ਵਾਸਤੇ ਉਹਨੂੰ ਰੱਖ ਲੈਂਦੀ ਆ ਅਤੇ ਮਜ਼ਦੂਰਾਂ ਨੂੰ ਪਲਾਟ ਹੋਰ ਪਾਸੇ ਜਿਹੜੇ ਉਹ ਦਿੱਤੇ ਜਾਣਗੇ। ਉਹ ਮਜ਼ਦੂਰਾਂ ਦੇ ਪਲਾਟਾਂ ਦੇ ਨਵੀਂ ਜਗ੍ਹਾ 'ਤੇ ਦੇਣ ਦੀ ਬਜਾਏ ਜਿਹੜੇ ਉਹ ਦਿੱਤੇ ਹੋਏ ਸੀ ਉਹਨਾਂ 'ਤੇ ਵੀ ਕਬਜ਼ਾ ਕਰਕੇ ਪੰਚਾਇਤ ਨੇ ਅਤੇ ਉਹ ਪੈਲਸ ਖੜ੍ਹਾ ਕਰਤਾ ਵੀ ਕੋਈ ਮਜ਼ਦੂਰ ਇਹ ਜਗ੍ਹਾ ਵਰਤ ਨਾ ਲੈਣ। ਜਿੱਥੋਂ ਕਿ ਜਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਨੇ ਉਹ ਸਿਰਫ ਤੋਂ ਸਿਰਫ ਜਿਹੜੇ ਮਜ਼ਦੂਰਾਂ ਵਾਲੇ ਪਾਸੇ ਜਿੱਥੇ ਕੋਈ ਭੋਰਾ ਜਗ੍ਹਾ ਸੀਗੀ ਉੱਥੇ ਕੋਈ ਨਾ ਕੋਈ ਬਿਲਡਿੰਗ ਖੜ੍ਹਾ ਕਰਕੇ ਉਹਨੂੰ ਵਿਕਾਸ ਦਾ ਨਾਂ ਜਿਹੜਾ ਦੇ ਰਹੇ। ਇਹ ਹਨ ਪਿੰਡ ਦੇ ਮੌਜੂਦਾ ਸਰਪੰਚ ਸ਼ਾਮ ਲਾਲ ਬਜਾਜ ਅਤੇ ਉਹਨਾਂ ਦੀ ਪੰਚਾਇਤ ਦੇ ਸਾਥੀ ਭਾਵ ਮੈਂਬਰ ਸਾਹਿਬਾਨ। ਉਹ ਸਾਨੂੰ ਪਿੰਡ ਦੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦੇ ਰਹੇ ਨੇ। ਉਹਨਾਂ ਪਿੰਡ 'ਚ ਬਣੇ ਪਾਰਕ, ਸ਼ਮਸ਼ਾਨ ਘਾਟ, ਹਾਈ ਸਕੂਲ ਆਦਿ ਦਿਖਾਏ। ਪਿੰਡ 'ਚ ਸ਼ਾਨਦਾਰ ਛੱਪੜ ਬਣ ਰਿਹਾ ਜਿਸ 'ਚ ਸਿਰਫ ਬਾਰਿਸ਼ ਦਾ ਪਾਣੀ ਜਮ੍ਹਾਂ ਹੋਏਗਾ ਅਤੇ ਬਾਕਾਇਦਾ ਇੱਕ ਬੋਰ ਕਰਕੇ ਛੱਪੜ 'ਚ ਪਾਣੀ ਦੀ ਸਪਲਾਈ ਹੋਏਗੀ ਜਿਸ 'ਚ ਬੱਚਿਆਂ ਲਈ ਬੋਟ ਵਗੈਰਾ ਛੱਡੀਆਂ ਜਾਣਗੀਆਂ। ਇਸ ਤੋਂ ਬਿਨਾਂ ਪਿੰਡ 'ਚ ਇੱਕ ਪੈਲਸ ਵੀ ਤਿਆਰ ਹੋ ਰਿਹਾ ਜੋ ਲੋਕਾਂ ਲਈ ਵੱਡੀ ਸਹੂਲਤ ਬਣੇਗਾ, ਪਰ ਇਸ 'ਤੇ ਵੀ ਸਵਾਲ ਖੜ੍ਹੇ ਹੋਏ ਨੇ। ਤਾਂ ਪਿੰਡ ਦੇ ਸਰਪੰਚ ਸ਼ਾਮ ਲਾਲ ਜੀ ਸਾਡੇ ਨਾਲ ਨੇ, ਬਹੁਤ ਬਹੁਤ ਸਵਾਗਤ ਸਰਪੰਚ ਸਾਹਿਬ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਸ਼ਾਮ ਲਾਲ ਜੀ, ਪਹਿਲਾਂ ਤਾਂ ਪਿੰਡ ਬਾਰੇ ਦੱਸੋ ਕਿ ਤੁਹਾਡੀ ਟਰਨ ਦੇ ਵਿੱਚ ਤੁਸੀਂ ਕੀ ਕੁਝ ਕਰਵਾ ਲਿਆ ਹੁਣ ਤੱਕ? ਅਸੀਂ 2019 'ਚ ਅਸੀਂ ਕਾਰਜ ਭਾਰ ਸੰਭਾਲਿਆ ਸੀ ਜੀ। ਜੀ, ਅਸੀਂ ਆਪਦੇ ਵੱਲੋਂ ਸਮੁੱਚੀ ਪੰਚਾਇਤ ਨੇ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਜ਼ੋਰ ਲਾਇਆ, ਜਿੰਨਾ ਕੁ ਅਸੀਂ ਕਰ ਸਕਦੇ ਸੀ ਆਪਦੇ ਵਿੱਤ ਤੋਂ ਵੀ ਵੱਧ ਕੀਤਾ। ਕਈ ਵਾਰੀ ਪੈਸੇ ਨਹੀਂ ਵੀ ਹੁੰਦੇ ਸੀ, 10-10 ਕਰ ਚੱਕ ਕੇ ਵੀ ਕੰਮ ਚੱਲੀ ਜਾਂਦਾ ਦਿੱਤਾ ਵੀ ਕੰਡੀ ਖੜਕਦੀ ਰਹੇ ਅਤੇ ਤਕਰੀਬਨ 5 ਸਾਲ ਅਸੀਂ ਮਿਸਤਰੀ ਬੰਦ ਨਹੀਂ ਹੋਣ ਦਿੱਤੇ ਜੀ। ਕੀ ਵਿੱਚੋਂ ਕਿਤੇ ਮਹੀਨਾ 2-20 ਦਿਨ ਬੰਦ ਹੋ ਜਾਣ, ਬਾਕੀ ਕੰਮ ਚੱਲਦਾ ਹੀ ਰਿਹਾ ਜੀ। ਠੀਕ ਹੈ। ਅੱਛਾ, ਆਪਾਂ ਜਿੱਥੇ ਖੜ੍ਹੇ ਹਾਂ ਇਹ ਟੋਭਾ ਪਿੰਡ ਦਾ ਛੱਪੜ ਹੈ? ਇਹ ਪਿੰਡ ਦਾ ਛੱਪੜ ਸੀ ਜੀ, ਸਾਡੇ ਨਾਲ ਸੀਗਾ ਜੀ, ਆਪਣੇ ਸਾਹਮਣੇ ਦਿਸਦਾ ਪੈਲਸ ਸੀ। ਇਹ ਪੈਲਸ ਦੇ ਨਾਲ ਅਸੀਂ ਇਹਨੂੰ ਝੀਲਾਂ ਬਣਾ ਰਹੇ ਸੀ।
ਝੀਲਾਂ ਬਣਾ ਕੇ ਜਦੋਂ ਕੋਈ ਵਿਆਹ ਸ਼ਾਦੀ ਕਰੂਗਾ ਬੱਚੇ ਆਪਣੇ ਪਰਿਵਾਰ ਨੂੰ ਲਿਆ ਕੇ ਫੋਟੋਗ੍ਰਾਫੀ ਕਰਨਗੇ, ਕੋਈ ਇੱਥੋਂ ਆਪਦਾ ਇੱਥੇ ਬੇੜੀਆਂ ਵਿੱਚ ਛੱਡਾਂਗੇ, ਤਾਂ ਜੋ ਬੱਚੇ ਮਨੋਰੰਜਨ ਵੀ ਕਰ ਲੈਣ ਅਤੇ ਸੈਰ ਵੀ, ਪਿੰਡ ਵਾਲੇ ਸੈਰ ਵੀ ਕਰ ਲੈਣ। ਇਸ ਕੰਮ ਵਾਸਤੇ ਝੀਲਾਂ ਬਣਾਈਆਂ ਜੀ ਇਹ। ਠੀਕ ਹੈ। ਅੱਛਾ, ਪੈਲਸ ਬਾਰੇ ਕੁਛ ਜਾਣਕਾਰੀ ਦਿਓ ਕਿ ਪੈਲਸ ਅੱਧਾ ਕੁ ਬਣਿਆ, ਕਦੋਂ ਤੱਕ ਤਿਆਰ ਹੋ ਰਿਹਾ, ਔਰ ਨਾਲ ਹੀ ਇਹਦੀ ਸਹੂਲਤ ਕਿਸ ਤਰ੍ਹਾਂ ਦੀ ਹੋਊਗੀ, ਇਹਦਾ ਕਿ ਮਤਲਬ ਇਹਦੀਆਂ ਸ਼ਰਤਾਂ ਕੀ ਹੋਣਗੀਆਂ, ਕੀ ਕੁਛ ਪੰਚਾਇਤ ਇਹਦੇ ਵਿੱਚ ਦਰਜ ਕਰੂਗੀ? ਸਹੀ ਤਾਂ ਇਹ ਪੁੱਛੋ ਜੀ, ਪੈਲਸ ਸਾਡੇ ਪੰਚਾਇਤ ਦੇ ਅੰਡਰ ਨਹੀਂ ਸੀ ਜੀ, ਇਹ ਪੰਚਾਇਤ ਠੇਕੇ ਦੇ ਸਿਸਟਮ ਸੀਗੇ ਜੀ, ਜਿੰਨੇ ਪੈਸੇ ਉਹਦੇ ਠੇਕੇਦਾਰ ਨੇ ਲਾਏ ਆ ਜੀ, ਪੰਚਾਇਤ ਨੇ ਇੱਥੇ ਕੋਈ ਪੈਸਾ ਲਾਇਆ, ਪੰਚਾਇਤ ਨੇ ਸਿਰਫ ਇਹਨੂੰ ਭਰਤੀ ਪਾ ਕੇ ਦਿੱਤੀ ਇਹਨਾਂ ਨੂੰ ਜੀ। ਅੱਛਾ, ਉਹ ਅਸੀਂ ਪੰਚਾਇਤ ਫੰਡ ਦੇ ਵਿੱਚੋਂ ਆਪਦੇ ਫੰਡ 'ਚੋਂ ਭਰਤੀ ਪਾ ਕੇ ਦਿੱਤੀ। ਠੇਕੇਦਾਰ ਕੌਣ ਹੈ? ਠੇਕੇਦਾਰ ਇਹ ਕਿਸੇ ਨੂੰ ਦਿੱਤਾ ਗਿਆ? ਨਿੱਜੀ ਨੇ ਪੈਲਸ ਹੈ? ਨਹੀਂ, ਹੈ ਪੰਚਾਇਤੀ ਹੈ, ਸਰਕਾਰੀ ਹੈ ਜੀ। ਸਰਕਾਰੀ ਹੈ ਪਰ ਪੰਚਾਇਤ ਦੇ ਥਰੂ ਨਹੀਂ ਬਣਿਆ ਜੀ ਇਹ। ਅੱਛਾ, ਇਹ ਪੰਚਾਇਤੀ ਰਾਜ ਨੇ, ਪੰਚਾਇਤੀ ਰਾਜ ਦੇ ਅੰਡਰ ਸੀਗਾ ਜੀ, ਉਹਨਾਂ ਨੇ ਬਣਾਇਆ। ਉਹਨਾਂ ਕੋਲ ਪੈਸੇ ਆਉਂਦੇ ਸੀ, ਉਹ ਟੈਂਡਰ ਕਰ ਦਿੰਦੇ ਸੀਗੇ। ਠੀਕ ਹੈ। ਜਦੋਂ ਭਰਤੀ ਦਾ ਟਾਈਮ ਆਇਆ ਤਾਂ ਕੋਈ 8 ਲੱਖ ਲੱਗੂ, ਕੋਈ 7 ਲੱਖ ਲੱਗੂ, ਅਸੀਂ ਤਕਰੀਬਨ 2.5 ਲੱਖ ਦੇ ਰੁਪਏ ਦੇ ਵਿੱਚ ਭਰਤੀ ਪਾਤੀ ਜੀ। ਪੰਚਾਇਤ ਨੇ? ਪੰਚਾਇਤ ਨੇ ਆਪਣੇ ਫੰਡ ਦੇ ਵਿੱਚੋਂ, ਆਪਦੇ ਫੰਡ ਦੇ ਵਿੱਚੋਂ ਭਰਤੀ ਪਾਈ ਹੈ ਜੀ। ਸਾਨੂੰ ਸਰਕਾਰ ਨੇ ਨਾ ਤਾਂ ਪੈਲਸ ਵਾਸਤੇ, ਪੈਲਸ ਬਣਨ ਦਾ ਫੰਡ ਵੱਖਰਾ ਸੀ, ਉਹ ਫੰਡ ਉਹਨਾਂ ਕੋਲ ਸੀ, ਸਾਡੇ ਕੋਲ ਕੋਈ ਫੰਡ ਨਹੀਂ। ਕੌਣ ਸੀ ਉਹਦੀ ਦੇਖ ਰੇਖ, ਕੌਣ ਕਰਦਾ ਸੀ? ਪੰਚਾਇਤੀ ਰਾਜ, ਪੰਚਾਇਤੀ ਰਾਜ ਸੀ ਜੀ, ਪੰਚਾਇਤੀ ਰਾਜ ਇੱਕ ਡਿਪਾਰਟਮੈਂਟ ਆਪ ਹੀ ਕਰਦਾ ਸੀ, ਵੱਖਰਾ। ਉਹ ਟੈਂਡਰ ਕਰ ਦਿੰਦੇ ਆ ਉਹ ਠੇਕੇਦਾਰ ਨੂੰ, ਜਾਂ ਠੇਕਾ ਦੇ ਦਿੰਦੇ, ਠੇਕੇਦਾਰ ਬਣਾਉਂਦੇ ਸੀ ਜੀ। ਚੋਣ ਤੁਹਾਡੇ ਪਿੰਡ ਦੀ ਕਿਵੇਂ ਹੋਈ ਫਿਰ? ਤੁਹਾਡੇ ਪਿੰਡ ਦੀ ਚੋਣ ਕਿਵੇਂ ਹੋਈ ਕਿ ਇੱਥੇ ਬਣਨਾ, ਤੁਹਾਡੀ ਡਿਮਾਂਡ ਸੀ? ਜਦ ਪਿਛਲੀ ਵਾਰ MLA ਕੁਸ਼ਲਦੀਪ ਢਿੱਲੋਂ ਸੀ ਜੀ, ਉਹਨਾਂ ਨੂੰ ਅਸੀਂ ਜਾਂ ਸਾਰੇ ਜਗ੍ਹਾ ਮਿਲੇ ਵੀ ਸਾਡੇ ਪਿੰਡ ਨਾਲ ਜੀ ਜਗ੍ਹਾ ਹੈਗੀ ਆ, ਅਤੇ ਸਾਡੇ ਕੋਲ ਨਾ ਕੋਈ ਸਾਂਝੀ ਇਮਾਰਤ ਹੈ ਨਹੀਂ ਜਿੱਥੇ ਕੋਈ ਅਸੀਂ ਵਿਆਹ ਸ਼ਾਦੀ ਕਰ ਸਕੋ। ਉਹ ਆਉਂਦੇ ਵੀ ਸਾਨੂੰ 3-4 ਕਿੱਲੇ ਥਾਂ ਦਿਓ, ਅਸੀਂ ਤੁਹਾਨੂੰ ਪੈਲਸ ਦੇ ਦਿੰਦੇ ਹਾਂ। ਅਸੀਂ ਸਾਡੇ ਕੋਲ ਜਗ੍ਹਾ ਹੈਗੀ ਆ, ਜਗ੍ਹਾ ਅਸੀਂ ਦੇ ਦਿੰਦੇ ਹਾਂ, ਅਸੀਂ 4 ਕਿੱਲੇ ਥਾਂ ਦਿੱਤਾ ਜੀ ਪੈਲਸ ਵਾਸਤੇ। ਠੀਕ ਹੈ। ਅਤੇ ਉਹ ਜਦੋਂ ਪੈਲਸ ਦਾ ਉੱਤੇ ਤਿਆਰੀ ਹੋ ਗਈ ਤਾਂ ਅਸੀਂ ਨਾਲ ਵੀ ਝੀਲਾਂ ਵਰਤੀਆਂ ਹੈ ਵੀ ਜੇ ਪੈਲਸ ਬਣਨਾ ਅਤੇ ਨਾਲ ਉਹਦੇ ਵਾਸਤੇ ਕੋਈ ਸੈਰਗਾਹ ਵੀ ਚਾਹੀਦੀ। ਇਹ ਤੁਸੀਂ ਕਰਵਾ ਰਹੇ ਸੀ, ਉਹ ਠੇਕੇਦਾਰ ਕਰਵਾ ਰਹੇ ਸੀ? ਉਹ ਠੇਕੇਦਾਰ ਕਰਵਾ ਰਹੇ ਸੀ। ਠੀਕ ਹੈ। ਅਤੇ ਉਹਦੀਆਂ ਕੁਛ ਸ਼ਰਤਾਂ ਪਤਾ ਹੈ ਕੁਛ, ਕਿ ਵੀ ਜਦੋਂ ਇਹ ਤਿਆਰ ਹੋ ਜਾਊਗਾ ਵਿਆਹ ਕਰਨ ਵਾਲਿਆਂ ਨੂੰ ਕੀ ਦੇ ਕੀ ਜਿਹੜਾ ਹੈ ਉਹ ਭਰਨਾ ਪਊ, ਜਾਂ ਕੀ ਕੁਛ ਸ਼ਰਤਾਂ ਹੋਣਗੀਆਂ? ਸਾਡਾ ਤਾਂ ਮਕਸਦ ਇਹ ਸੀ ਇੱਥੇ ਵੀ ਸਿਰਫ ਜੋ ਬਿਜਲੀ ਦਾ ਖਰਚਾ ਅਤੇ ਜਾਂ ਕੋਈ ਭਾਂਡਿਆਂ ਦੀ ਟੁੱਟ ਭੱਜ ਮੇਨਟੇਨੈਂਸ ਲਿਆ ਜਾਊਗਾ। ਠੀਕ ਹੈ। ਹੋਰ ਕਿਸੇ ਤੋਂ ਕੁਛ ਨਹੀਂ ਲਿਆ ਜਾਣਾ, ਇੱਥੇ ਫਰੀ ਹੋਊਗਾ ਜੋ ਕੁਛ ਹੋਊਗਾ, ਬਾਕੀ ਸਾਰਾ ਬਿਜਲੀ ਦਾ ਖਰਚਾ ਸਿਰਫ ਉਹ ਹੀ ਲਿਆ ਜਾਊਗਾ। ਵੀ ਜੇ ਜਨਰੇਟਰ ਚਲਾ ਲਿਆ ਅਗਲਾ ਆਪਦਾ ਤਾਂ ਫਿਰ ਕੋਈ ਖਰਚਾ ਹੀ ਨਹੀਂ ਜੀ। ਹੁਣ ਤੁਹਾਡੇ ਕੋਲ ਇਹਦਾ ਕੋਈ, ਤੁਹਾਡੇ ਕੋਲ ਕੋਈ ਅਧਿਕਾਰ ਹੈ? ਤੁਹਾਡੇ ਅੰਡਰ ਕੁਛ ਨਹੀਂ ਹੈਗਾ। ਚਲੋ, ਇਹ ਇੱਕ ਚੰਗੀ ਸ਼ੁਰੂਆਤ ਹੈ। ਇੱਥੇ ਇੱਕ ਸਵਾਲ ਉੱਠਿਆ ਸੀ ਤੁਹਾਡੇ ਪਿੰਡ ਦੇ ਵਿੱਚੋਂ ਕਿ ਜਿਸ ਜਗ੍ਹਾ 'ਤੇ ਬਣ ਰਿਹਾ ਉੱਥੇ ਇਹ ਅਨਾਊਂਸਮੈਂਟ ਹੋਈ ਸੀ ਜਾਂ ਇਹ ਐਲਾਨ ਹੋਇਆ ਸੀ, ਫੈਸਲਾ ਹੋਇਆ ਸੀ ਕਿ ਇੱਥੇ ਕੁਛ ਪਲਾਟ ਕੱਟ ਕੇ ਦਿੱਤੇ ਜਾਣਗੇ ਗਰੀਬ ਲੋਕਾਂ ਨੂੰ, ਕੁਝ 5-5 ਮਰਲਿਆਂ ਦੇ, ਉਹਦੇ ਕੁਛ ਨਹੀਂ ਹੋਇਆ ਜੀ? ਇਸ ਤਰ੍ਹਾਂ ਦਾ ਕੁਛ ਨਹੀਂ ਹੋਇਆ ਸੀ? ਨਹੀਂ ਹੋਇਆ ਜੀ, ਇਹ ਝੂਠ ਹੈ ਜੀ। ਪਲਾਟਾਂ ਦੀ ਕਿਤੇ ਗੱਲ ਨਹੀਂ, ਕਿਤੇ ਗੱਲ ਨਹੀਂ ਹੋਈ ਜੀ। ਠੀਕ ਹੈ। ਅੱਛਾ, ਪਿੰਡ ਦੇ ਵਿੱਚ ਵੋਟ ਕਿੰਨੀ ਕੁ ਹੈ? ਵੋਟ ਤਕਰੀਬਨ, ਆਬਾਦੀ ਕਿੰਨੀ ਕੁ ਹੋਊਗੀ? ਆਬਾਦੀ 5000 ਦੇ ਕਰੀਬ ਹੈ ਜੀ। 5000 ਦੇ? ਹਾਂ, ਵੋਟ 3100 ਵੋਟ ਇੱਥੇ ਜਾਈ ਜੀ। ਮੁਹੱਲਾ ਕਲੀਨਿਕ ਵਾਲਾ ਕੀ ਰੌਲਾ ਤੁਹਾਡੇ? ਮੁਹੱਲਾ ਕਲੀਨਿਕ ਬਣ ਰਿਹਾ? ਮੁਹੱਲਾ ਕਲੀਨਿਕ ਇਹ ਤਾਂ ਜੀ ਪਿੰਡ 'ਚ ਪੈਸੇ ਲੱਗੇ ਆ ਜੀ, ਕੋਈ ਪਿੰਡ 'ਚੋਂ ਗਿਆ ਤਾਂ ਨਹੀਂ ਗਏ ਜੀ, ਕੋਈ ਬਣਿਆ ਕੋਈ ਚੰਗੀ ਚੀਜ਼ ਬਣੀ ਆ, ਉਹ ਪਿੰਡ 'ਚ ਪੈਸੇ ਆ ਕੇ ਲੱਗੇ ਆ ਜੀ। ਆਪਾਂ ਰੌਲਾ ਪਾਈਏ, ਅਸੀਂ ਉਸ ਰੌਲੇ ਦੇ ਹੱਕ 'ਚ ਨਹੀਂ ਜੀ, ਵੀ ਪਿੰਡ ਦੇ ਵਿੱਚ ਕੋਈ 10-20 ਲੱਖ ਆ ਕੇ ਲੱਗਿਆ ਹੀ ਆ ਜੀ। ਉਹ ਐਵੇਂ ਜਿਹੜੇ ਰੌਲਾ ਪਾਉਣ ਪਾਈ ਜਾਣ, ਉਹਨਾਂ ਦਾ ਕੰਮ ਰੌਲਾ ਪਾਉਣਾ ਜੀ, ਸਾਡਾ ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਜੀ। ਪੰਚਾਇਤ ਨਹੀਂ ਚਾਹੁੰਦੀ? ਪੰਚਾਇਤ ਨਹੀਂ ਚਾਹੁੰਦੀ ਰੌਲਾ ਪਵੇ, ਰੌਲਾ ਪਵੇ। ਅਸੀਂ ਆਨੇ ਵਧੀਆ ਬਣਿਆ ਜੋ ਬਣਿਆ। ਉਹ ਕਹਿੰਦੇ ਪਹਿਲਾਂ ਇੱਥੇ ਡਿਸਪੈਂਸਰੀ ਸੀ, 2 ਬੈੱਡ ਦਾ ਹੋਸਪਿਟਲ ਸੀ, ਕਹਿੰਦੇ ਇਹ ਸਹੂਲਤਾਂ ਖਤਮ ਹੋ ਜਾਣਗੀਆਂ? ਕੁਛ ਨਹੀਂ ਖਤਮ ਹੁੰਦਾ ਜੀ, ਜਿਹੜਾ ਸਰਕਾਰ ਦੇ ਵਿੱਚ ਹਸਪਤਾਲ ਉਹ ਹਸਪਤਾਲ ਹੀ ਰਹਿਣਾ ਜੀ। ਜੇ ਮੁਹੱਲਾ ਕਲੀਨਿਕ ਕੋਈ ਡਾਕਟਰ ਵੱਖਰਾ ਕੇ ਬਹਿ ਗਿਆ ਜੀ, ਆਪਾਂ ਨੂੰ ਕੀ ਤਰ੍ਹਾਂ ਆ ਜੀ?
ਜੇ ਕੋਈ ਸਰਕਾਰ ਨੇ 10-15 ਲੱਖ ਰੁਪਏ ਲਾ ਤਾ ਉੱਥੇ, ਆਪਾਂ ਨੂੰ ਕੀ ਤਰ੍ਹਾਂ ਜਾ ਕੋਈ ਪਿੰਡ 'ਚ ਲੱਗੇ ਆ ਜੀ, ਪਿੰਡ ਤੋਂ ਗਿਆ ਤਾਂ ਕੁਛ ਨੀ, ਜੇ ਤਾਂ ਆਪਣੇ ਪਿੰਡ 'ਚ ਕੁਝ ਲਗਾਏ ਹੋਣ ਤੇ ਆਪਾਂ ਕਹੀਏ ਸਾਡਾ ਪਿੰਡ ਦਾ ਨੁਕਸਾਨ ਕਰਤਾ, ਪਿੰਡ 'ਚ ਕੁਝ ਲਾਇਆ ਹੀ ਆ ਸਰਕਾਰ ਨੇ, ਉਹਦੇ ਵਿੱਚ ਇੰਨੀ ਰੌਲਾ ਨਹੀਂ ਪਾਉਣਾ ਚਾਹੀਦਾ। ਗਲਤ ਵਿਰੋਧ ਹੋ ਰਿਹਾ। ਅੱਛਾ, ਇੱਕ ਇੱਕ ਤੁਹਾਡੇ ਪਿੰਡ ਟੈਂਕੀ ਵੀ ਹੈਗੀ ਆ, ਟੈਂਕੀ ਉਹ ਟੁੱਟੀ ਹੋਈ ਆ, ਉਹਦੀਆਂ ਪੌੜੀਆਂ ਡਿੱਗੀ ਜਾਂਦੀਆਂ, ਆਪਣੇ ਆਪ ਡਿੱਗ ਰਹੀਆਂ, ਉਹਦਾ ਉਹਦਾ ਕੀ ਮਸਲਾ? ਉਹ ਕਹਿੰਦੇ ਕਿ ਜਿਹੜੇ ਆਲੇ ਦੁਆਲੇ ਦੇ ਘਰ ਨੇ ਉਹ ਕਹਿੰਦੇ ਜੀ ਅਸੀਂ ਮੰਗ ਕਰ ਰਹੇ ਹਾਂ ਕਿ ਇਹਨੂੰ ਸੁੱਟ ਦਿੱਤਾ ਜਾਵੇ, ਇਹਦੀ ਥਾਂ 'ਤੇ ਨਵੀਂ ਬਣਾਓ ਜਾਂ ਸਪਲਾਈ ਵੀ ਚੱਲਦੀ। ਕੋਈ ਕਮੀ ਨਹੀਂ ਜੀ, ਸਿਰਫ ਪੌੜੀਆਂ 'ਚ ਕਮੀ ਹੈ ਜੀ। ਜਦੋਂ ਠੇਕੇਦਾਰ ਦੀ ਟੈਂਕੀ ਬਣ ਗਈ ਜੀ, ਸਰਕਾਰ ਵੱਲੋਂ ਐਵੇਂ ਨਹੀਂ ਟੈਂਕੀਆਂ ਬਣ ਜਾਂਦੀਆਂ ਵੀ ਐਵੇਂ ਡਿੱਗ ਪੂਗੀ, ਟੈਂਕੀਆਂ ਬਣਾ ਸਰਕਾਰ ਦੀ ਪੂਰੀ ਪ੍ਰਪੋਜ਼ਲ ਹੁੰਦੀ, ਕੋਈ ਐਵੇਂ ਨਹੀਂ ਵੀ ਚੀਜ਼ ਬਣ ਜੂ ਫੜਕ ਦੇਣ ਜਾ ਪੂਗੀ। ਉਹ ਕਿਤੇ ਠੇਕੇਦਾਰ ਜਿੱਥੇ ਆ ਕੇ ਪੌੜੀਆਂ 'ਤੇ ਆ ਕੇ ਸਰੀਆ ਮਾੜਾ ਲਾ ਗਿਆ ਜੀ, ਮਾੜਾ ਲਾ ਗਿਆ। ਤੁਸੀਂ ਸ਼ਿਕਾਇਤ ਕੀਤੀ ਇਸ ਦੀ? ਹਾਂਜੀ, ਸ਼ਿਕਾਇਤ ਕੀਤੀ ਤੁਸੀਂ ਇਸ ਗੱਲ ਜੀ? ਅਸੀਂ ਨਵਾਂ ਬਣਾਓ, ਚਲਦੇ ਚਲਦੇ ਗੱਲ, ਨਵਾਂ ਬਣਾਉਣ ਵਾਸਤੇ ਪ੍ਰੋਜੈਕਟ ਵੀ ਬਣਾ ਕੇ ਦਿੱਤਾ ਜੀ, 3 ਕਰੋੜ ਦਾ ਪ੍ਰੋਜੈਕਟ ਬਣਿਆ ਸੀ। ਹੁਣ ਟੈਂਕੀ ਸਾਰੀ ਇਹ ਪਹਿਲਾਂ ਨਸ਼ਟ ਹੋ ਗਈ? ਨਸ਼ਟ ਹੋ ਕੇ ਬਣਨਾ ਸੀ ਜੀ, ਤੇ ਸਾਡਾ ਗੰਗ ਕਨਾਲ ਦੇ ਵਿੱਚੋਂ ਉੱਥੇ ਬੋਰ ਕਰਕੇ ਪਾਣੀ ਆਉਣਾ ਸੀ ਜੀ, ਉੱਥੋਂ ਸਾਡਾ ਸਾਰਾ ਕੁਝ ਐਸਟੀਮੇਟ ਬਣ ਗਿਆ ਜੀ, ਪਿੰਡ ਦਾ ਸਰਵਾ ਵੀ ਹੋ ਗਿਆ ਜੀ, ਸਾਰਾ ਕੁਝ ਹੋ ਗਿਆ ਜੀ। ਸਿਰਫ ਇਹ ਸੈਂਟਰ ਸਰਕਾਰ ਦੀ ਸਕੀਮ ਆ ਜੀ, 3-4 ਕਰੋੜ ਰੁਪਈਆ ਲੱਗਣਾ। ਉਹ ਕੋਈ ਨਹੀਂ, ਉਹ ਟੈਂਕੀ ਦਾ ਹੁਣ ਕੀ ਹੱਲ ਕਰੋਗੇ ਫਿਰ ਤੁਸੀਂ? ਉਹ ਤਾਂ ਸਰਕਾਰ ਦਾ ਕੰਮ ਆ ਜੀ, ਅਸੀਂ ਤਾਂ ਲਿਖ ਕੇ ਦੇਤਾ ਜੀ, ਲਿਖ ਕੇ ਦੇਤਾ, ਤੁਹਾਡੇ ਵੱਲੋਂ ਚਲਾ ਗਿਆ, ਸਾਡੇ ਅੰਡਰ ਕੁਛ ਨਹੀਂ ਹੁੰਦਾ ਜੀ, ਨਾ ਅਸੀਂ ਟੈਂਕੀ ਨੂੰ ਢਾ ਸਕਦੇ ਹਾਂ, ਨਾ ਅਸੀਂ ਉਹਨੂੰ ਬਣਾ ਸਕਦੇ ਹਾਂ ਜੀ। ਠੀਕ ਹੈ, ਅੱਛਾ, ਸਾਡੇ ਕੋਲ ਫੰਡ ਹੀ ਨਹੀਂ ਉਹਦੇ ਬਾਰੇ। 1.5-2 ਸਾਲ ਹੋ ਗਿਆ ਸਰਕਾਰ ਆਈ ਨੂੰ, ਸਰਕਾਰ ਦਾ ਸਹਿਯੋਗ ਕਿਵੇਂ ਆ? ਸਰਕਾਰ ਜਿੰਨੇ ਕੁ ਜੋਗੀ ਉਹ ਕਰੀ ਜਾਂਦੇ, ਸੈਂਟਰ ਨਹੀਂ ਸਹਿਯੋਗ ਦੇ ਰਿਹਾ ਜੀ ਅਸਲ ਤਾਂ। ਸੈਂਟਰ ਦਾ ਜਦੋਂ ਸਰਕਾਰ ਦੇ ਵਿੱਚ ਸੈਂਟਰ ਆ ਜਿਹੜਾ ਉਹ ਮਤਰੇਈ ਮਾਲ ਦਾ ਸਕੂਲ ਕਰਦਾ ਪੰਜਾਬ ਦੇ ਨਾਲ, ਖਾਸ ਕਰਕੇ ਪੰਜਾਬ ਨਾਲ ਜੀ, ਜਦੋਂ ਪੰਜਾਬ ਦੇ ਫੰਡ ਹੀ ਰੋਕਤੇ ਆ ਜੀ, ਪੰਚਾਇਤਾਂ ਦੇ ਫੰਡ ਰੋਕਤੇ ਸੈਂਟਰ ਨੇ, ਜਿਹੜੇ ਪੰਚਾਇਤਾਂ ਨੂੰ ਦਿੰਦੇ, ਅਤੇ ਫਿਰ ਪੰਜਾਬ ਦਾ ਤਾਂ ਆਰ ਡੀ ਐਫ ਤਾਂ ਮਿਲਿਆ ਐਤਕੀ? ਨਹੀਂ, ਸੈਂਟਰ ਸਰਕਾਰ ਨੇ ਨਹੀਂ ਦਿੱਤਾ ਜੀ, ਉਹ ਰੱਖੇ ਰੋਕੇ ਸਾਡੇ ਕੋਲ ਪਹੁੰਚਿਆ ਨਹੀਂ ਹੈਗਾ, ਰੋਕੀ ਬੈਠੇ ਪੰਜਾਬ ਦੀ ਸਰਕਾਰ ਨੇ ਨਹੀਂ ਦਿੱਤਾ ਸੈਂਟਰ ਨੂੰ, ਪੰਜਾਬ ਨੂੰ ਦਿੱਤਾ ਨਹੀਂ ਐਤਕੀ ਜੀ, ਸੈਂਟਰ ਰੋਕੀ ਬੈਠਾ ਜੀ। ਉਹ ਬਹਾਨੇ ਬਣਾ ਦਿੰਦੇ ਨੇ, ਇਹਨਾਂ ਨੇ ਆਹ ਨਹੀਂ ਕੀਤਾ, ਜੋ ਜਦੋਂ ਕਿਸੇ ਨੂੰ ਆ ਜਾਂਦੇ ਤਾਂ ਕੋਈ ਬਹਾਨਾ ਬਣਾਉਂਦਾ, ਕਿਸੇ ਨੂੰ ਲੜਨਾ ਹੋਵੇ ਨਾ, ਉਦੋਂ ਆ ਜਾਂਦੇ ਤੇਰੀ ਦਾੜੀ ਹਲਦੀ ਆ, ਤੂੰ ਮੂੰਹ ਘੂੰਗਲਾ ਮਾਰ ਕਿੰਨਾ ਗਿਆ, ਉਹ ਲੜਾਈ ਦਾ ਬਹਾਨਾ ਆ ਜੀ ਇੱਕ, ਜੋ ਨਾ ਦੇਣਾ ਹੋਵੇ ਉਹ ਲੜਾਈ ਦਾ ਬਹਾਨਾ ਬਣਾ ਲੈਂਦੇ ਆ, ਹੋਰ ਕੁਛ ਨਹੀਂ ਜੀ। ਅਤੇ ਜੋ ਦੇਣਾ ਹੋਵੇ ਤਾਂ ਭਾਵਾਂ ਜੋ ਮਰਜ਼ੀ ਹੋਵੇ, ਉਦੋਂ ਅਗਲਾ ਦਾ ਵੀ ਇੰਨੀ ਪੁੱਤ ਜਾਂ ਇੱਕੋ ਜਿਹੇ ਹੁੰਦੇ ਜਾਂ ਦਿਓ ਯਾਰ। ਨਹੀਂ, ਆਮ ਤੌਰ 'ਤੇ ਕਿਉਂਕਿ ਸਿਆਸਤ ਦੇ ਵਿੱਚ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਜਦੋਂ ਕਿਸੇ ਹੋਰ ਪਾਰਟੀ ਦਾ ਸਰਪੰਚ ਬਣਿਆ ਹੋਵੇ ਅਤੇ ਸਰਕਾਰ ਕਿਸੇ ਹੋਰ ਪਾਰਟੀ ਦੀ ਆ ਜਾਵੇ ਤਾਂ ਫਿਰ ਉੱਥੇ ਬੜੀ ਦਿੱਕਤ ਰਹਿੰਦੀ ਹੈ ਫੰਡਾਂ ਨੂੰ ਲੈ ਕੇ, ਕੰਮਾਂ ਨੂੰ ਲੈ ਕੇ। ਆਉਂਦੀ ਹੈ ਜੀ, ਤੁਹਾਨੂੰ ਆਈ ਕਿਸੇ ਇਸ ਤਰ੍ਹਾਂ ਦੀ? ਮਾੜੀ ਮੋਟ ਆਈ, ਬਾਹਲੀ ਨਹੀਂ ਆਈ, ਜ਼ਿਆਦਾ ਨਹੀਂ ਆਈ, ਜ਼ਿਆਦਾ ਨਹੀਂ, ਸਹਿਯੋਗ ਹੈ ਸਰਕਾਰ ਦਾ? ਦਿੰਦੇ ਸਹਿਯੋਗ ਹੈ ਜੀ, ਸਹੀ ਸਹਿਯੋਗ ਚੱਲ ਰਿਹਾ। ਅੱਛਾ, ਪਿੰਡ ਦੇ ਵਿੱਚ ਨਸ਼ੇ ਨੂੰ ਲੈ ਕੇ ਕਿਵੇਂ ਆ? ਨਸ਼ਾ ਤਾਂ ਸਾਡੇ ਪਿੰਡ ਨਾਲ ਗੁਰੂ, ਸਾਡੇ ਪਿੰਡ ਦੀ ਕਮੇਟੀ ਵੀ ਬਣੀ ਹੋਈ ਹੈ ਨਾ, ਨਸ਼ਾ ਕਮੇਟੀ ਬਣੀ ਹੈ ਸਾਡੇ ਪਿੰਡ 'ਚ। ਨਸ਼ਾ ਕੋਈ ਗੋਲੀ ਗੱਪਾ ਤਾਂ ਭਾਵੇਂ ਕੋਈ ਵੇਚਦਾ ਹੋਵੇ, ਕੋਈ ਬੰਦਾ ਕੋਈ ਚੋਰੀ ਛੱਪੇ ਕੋਈ, ਸਾਡੇ ਉਵੇਂ ਵਿਕਦਾ ਨਹੀਂ ਜੀ। ਸਾਡੇ ਬਾਹਰੋਂ ਨਸ਼ਾ ਆਉਂਦਾ ਜੀ, ਗੁਰੂ ਸਾਹਿਬ ਤੋਂ ਨਸ਼ਾ ਆਉਂਦਾ, ਜਾਂ ਇੱਧਰੋਂ ਲੱਖੋਂ ਕੁ ਚਾਹੁੰਦਾ ਹੁੰਦਾ ਸੀ, ਸਾਡੇ ਪਿੰਡ ਦੇ ਵਿੱਚ ਕੋਈ ਵਿਕਦਾ, ਬਾਹਰੋਂ ਨਸ਼ਾ ਆਉਂਦਾ ਜੀ। ਨਸ਼ਾ ਬਹੁਤ ਜਵਾਕ ਕਰਦੇ ਆ, ਪਰ ਆਉਂਦਾ ਬਾਹਰੋਂ ਆ। ਅਸੀਂ ਬਹੁਤ ਜ਼ੋਰ ਲਾਇਆ ਵੀ ਜਵਾਕਾਂ ਨੂੰ ਸਮਝਾਈਏ, ਕੰਟਰੋਲ ਕਰੀਏ, ਜਿੰਨਾ ਕੁ ਯੋਗ ਗਏ ਸੀ ਅਸੀਂ ਕੀਤਾ ਆਪਦੇ ਬਣੇ, ਪਰ ਜਿਹਨੂੰ ਲੱਤ ਲੱਗ ਜਾਏ ਨਾ, ਉਹ ਆਹਦੇ ਜਿਵੇਂ ਵਾਰੇ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੂਰੀਆਂ ਪੂਰੀਆਂ ਜੀ, ਜਿਹੜੀ ਆਦਤ ਲੱਗ ਜਾਂਦੀ ਉਹ ਛੱਡਣੀ ਬੜੀ ਔਖੀ ਆ। ਜ਼ੋਰ ਅਸੀਂ ਬਹੁਤ ਲਾਇਆ, ਬਥੇਰਾ ਸਮਝਾਇਆ, ਮਾਂ ਪਿਓ ਨੇ ਸਮਝਾਇਆ ਬੜਾ, ਉਹਨਾਂ 'ਤੇ ਰਾਤਾਂ ਰਾਤ ਮੁੰਡਿਆਂ ਨੇ ਰਾਤਾਂ ਝਾਕ ਝਾਕ ਕੇ ਉਹਨਾਂ ਨੇ ਕੰਟਰੋਲ ਕੀਤਾ, ਪਰ ਥੋੜ੍ਹਾ ਜਿਹਾ ਜਿਹੜੀ ਪੁੱਠੀ ਬਿਮਾਰੀ ਲੱਗ ਜਾਏ ਨਾ ਜੀ, ਉਹਨੂੰ ਛੱਡਣਾ ਬੜਾ ਔਖਾ ਹੋ ਜਾਂਦਾ। ਚਲੋ ਹੌਲੀ ਹੌਲੀ ਛੱਡਣਗੇ, ਜ਼ੋਰ ਪਾਈ ਜਾਂਦੇ, ਅਸੀਂ ਵੀ ਜ਼ੋਰ ਲਾਈ ਜਾਂਦੇ ਹਾਂ ਥੋੜ੍ਹਾ ਜਿਹਾ। ਹੁਣ ਥੋੜ੍ਹਾ ਸੀਜ਼ਨ ਆ ਗਿਆ ਸੀਗਾ, ਸੀਜ਼ਨ 'ਤੇ ਆ ਕੇ ਥੋੜ੍ਹਾ ਜਿਹਾ ਜਿੰਨੇ ਮੁੰਡੇ ਸੀਗੇ ਉਹ ਖੇਤੀ ਲੱਗ ਗਏ, ਥੋੜ੍ਹੀ ਢਿੱਲਾ, ਹੁਣ ਫਿਰ ਥੋੜ੍ਹਾ ਜਿਹਾ ਕੱਸਣ ਲੱਗੇ ਹਾਂ ਜੀ। ਠੀਕ ਹੈ।
ਸਭ ਤੋਂ ਜ਼ਰੂਰੀ ਗੱਲ ਤਾਂ ਇਸ ਪਿੰਡ 'ਚ ਹੈਗੀ ਆ ਕਿ ਅਸੀਂ ਨਾ ਭਾਈਚਾਰਕ ਸਾਂਝ ਰੱਖਦੇ ਹਾਂ, ਕੋਈ ਵੀ ਪਾਰਟੀ ਹੋਵੇ ਅਸੀਂ ਰਲ ਮਿਲ ਕੇ ਕੰਮ ਕਰਦੇ ਹਾਂ। ਸਾਡੇ ਪਿੰਡ 'ਚ ਕੰਮ ਕਾਰ ਚੱਲੀ ਜਾਂਦੇ ਆ, ਜਾਂ ਭੱਠੀਆਂ ਬਣੀਆਂ ਅਤੇ ਪਿੰਡ 'ਚ ਕੈਮਰੇ ਲੱਗੇ ਆ, ਜਾਂ ਇਹ ਵੀ ਕੰਮ ਚੱਲੀ ਜਾਂਦਾ, ਅਤੇ ਸਾਡੇ ਪਿੰਡ 'ਚ ਕੰਮ ਲਗਭਗ ਹੋਈ ਚੱਲੀ ਜਾਂਦੇ ਆ ਜੀ। ਨਹੀਂ ਗੱਲ ਇਸ ਤਰ੍ਹਾਂ ਜੀ, ਪਹਿਲਾਂ ਤੁਸੀਂ ਵੇਖਣਾ ਸੀ ਉਹ ਹਸਪਤਾਲ ਜਾ ਕੇ, ਅਤੇ ਹੁਣ ਵੇਖ ਲੈਣਾ ਸੀਗਾ, ਤੁਹਾਨੂੰ ਆਪੇ ਪਤਾ ਚੱਲ ਜੂਗਾ ਜੀ, ਕਿਉਂਕਿ ਹੁਣ ਬਹੁਤ ਵਧੀਆ ਬਣ ਗਿਆ, ਦਰਬ ਬੂਟੇ ਲਾਤੇ ਆ, ਵਧੀਆ ਲੋਕ ਟਾਇਰ ਲਾਤੇ ਆ ਜੀ, ਅਤੇ ਵਧੀਆ ਡਾਕਟਰ ਦੇਵਾਂਗੇ, ਲੋਕਾਂ ਨੂੰ ਸਹੂਲਤ ਵੱਧ ਹੀ ਦੇਵਾਂਗੇ ਜੀ। ਨਿਕਾਸੀ ਪਿੰਡ 'ਚ ਸਾ ਲਗਭਗ ਠੀਕ ਆ, ਵਧੀਆ ਚੱਲੀ ਜਾਂਦੀ ਆ ਜੀ, ਅਤੇ ਮੋਢੀਆਂ ਸਹੂਲਤ ਠੀਕ ਵਧੀਆ, ਜੋ ਅਸੀਂ ਮੰਗ ਰੱਖਦੇ ਹਾਂ ਸਾਨੂੰ ਦੇ ਦਿੰਦੇ ਮਿਲ ਜਾਂਦੀ ਆ ਜੀ। ਸਰਕਾਰ ਸਹਿਯੋਗ ਕਰਦੀ ਆ? ਹਾਂ, ਪੁਲਿਸ ਸਹਿਯੋਗ ਕਰਦੀ ਆ ਜੀ। ਹਾਂਜੀ, ਹੁਣ ਇੱਕ ਸਭ ਤੋਂ ਖਤਰਨਾਕ ਵਾਪਰੀ ਘਟਨਾ ਦਾ ਜ਼ਿਕਰ ਕਰਾਂਗੇ। ਇਹ ਨੌਜਵਾਨ ਪਿੰਡ 'ਚ ਬਣੀ ਨਸ਼ਾ ਵਿਰੋਧੀ ਕਮੇਟੀ ਦਾ ਆਗੂ ਹੈ। ਦਰਅਸਲ ਇਸ ਪਿੰਡ ਦੇ ਸਕੂਲ 'ਚ ਪਿਛਲੇ ਦਿਨੀ ਸਕੂਲ ਦੇ ਕੁਝ ਵੱਡੀ ਕਲਾਸ ਦੇ ਲੜਕਿਆਂ ਨੇ ਅਧਿਆਪਕਾਂ ਨਾਲ ਦੁਰਵਿਹਾਰ ਕੀਤਾ। ਅਧਿਆਪਕਾਂ ਦਾ ਕਹਿਣਾ ਸੀ ਕਿ ਬੱਚਿਆਂ ਨੇ ਕੋਈ ਨਸ਼ੀਲਾ ਪਦਾਰਥ ਖਾਧਾ ਸੀ। ਸਕੂਲ 'ਚ ਨਸ਼ਾ ਵਿਰੋਧੀ ਕਮੇਟੀ ਅਤੇ ਪੰਚਾਇਤ ਨੂੰ ਬੁਲਾਇਆ ਅਤੇ ਮੌਕਾ ਦਿਖਾਇਆ ਗਿਆ। ਇਹ ਨੌਜਵਾਨ ਕਹਿ ਰਿਹਾ ਕਿ ਇਸ ਮਾਮਲੇ 'ਚ ਜੋ ਕਾਰਵਾਈ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਸਾਡੇ ਪਿੰਡ 3 ਦੁਕਾਨਦਾਰ ਗੋਲੀਆਂ ਸ਼ਰਿਆਂ ਵੇਚਦੇ ਆ, ਜਿਹੜਾ ਕਿ ਦੁਕਾਨ ਬਦਲ ਜਾਂਦਾ ਉਹ ਬੰਦਾ, ਅਤੇ ਗੋਲੀ ਨਹੀਂ ਵੇਚਣੋਂ ਹਟਦੀ ਗੀ। ਠੀਕ ਹੈ, ਇਹਦੇ 'ਤੇ ਨੱਥ ਪਾਈ ਜਾਵੇ, ਜੇ ਨਾ ਪਾਈ ਜਾਵੇ ਅਸੀਂ ਮਤਲਬ ਕਿ ਇਸ ਤਰ੍ਹਾਂ ਕਿਸੇ ਸਰਕਾਰ ਨੂੰ ਨਹੀਂ ਵੜਨ ਦੇਣਾ, ਕਿਸੇ ਨੁਮਾਇੰਦੇ ਨੂੰ, ਜਿਹੜਾ ਮਰਜ਼ੀ ਆ ਜੇ। ਸਕੂਲ ਦੇ ਵਾਪਰ ਨਸ਼ੇ ਦੇ ਵਿੱਚ ਟੁੰਨ ਸੀਗੇ ਜੀ ਦੋ ਮੁੰਡੇ, ਜਦੋਂ ਦੋਨੇ ਨਸ਼ੇ ਦੇ ਟੁੰਨ ਸੀ, ਟੀਚਰਾਂ ਨੇ ਸਾਨੂੰ ਉਹਨਾਂ ਦੇ ਹਾਲਾਤ ਵਿਖਾਏ, ਉਹਨਾਂ ਨੇ 11 ਮੁੰਡਿਆਂ ਦੀਆਂ ਐਲੀਗੇਸ਼ਨ ਲਾਈ ਵੀ ਸਾਰੇ ਨਸ਼ਾ ਕਰਕੇ ਆਉਂਦੇ ਆ। ਨਸ਼ਾ ਜਿਹੜਾ ਕਰਕੇ ਆਉਂਦੇ ਆ ਉਹ ਇੱਕੋ ਦੁਕਾਨ ਤੋਂ ਹੀ ਮਿਲਦਾ, ਜਿਹੜਾ ਇੱਕੋ ਹੀ ਦੁਕਾਨ ਤੋਂ ਮਿਲਦਾ ਸ਼ਰੇਆਮ। ਸਾਡੇ ਪਿੰਡ ਦੀ ਪੰਚਾਇਤ ਇਹਨਾਂ ਦਾ ਨਾਮ ਲਵੇ, ਸ਼ਰੇਆਮ ਨਾ ਹੋਇਆ ਤਾਂ ਮੈਂ ਕਾਲ ਰਿਕਾਰਡਿੰਗਾਂ ਜਿਹੜੀਆਂ ਕੱਢ ਕੇ ਸਾਰੀ ਰਿਕਾਰਡਿੰਗ ਅੱਗੇ ਮੀਡੀਆ ਅੱਗੇ ਰੱਖ ਦੇਣੀ ਵੀ ਆਹ ਬੰਦੇ ਆਹ ਵੇਚਦੇ ਆ। 350 ਰੁਪਏ ਦੀ ਇੱਕ ਗੋਲੀ ਆ ਜਿਹੜੀ ਬੰਦੇ ਨੂੰ ਡੈੱਡ ਕਰਦੀ ਆ, ਦਿਮਾਗ ਮਤਲਬ ਕਿ ਉਹਦਾ ਉਹ ਝਾਕਦਾ ਸਿੱਧਾ ਝਾਕੀ ਜਾਂਦਾ। ਠੀਕ ਹੈ, ਜਿਹੜੇ ਉਹਨਾਂ ਤੋਂ ਰੁਪਈਏ ਲੈਂਦੇ ਦੁਕਾਨਦਾਰਾਂ ਤੋਂ, ਕੁਛ ਕੁ ਚੌਧਰੀ ਉਹਨਾਂ ਦਾ ਸਾਥ ਦਿੰਦੇ ਆ, ਉਹਨਾਂ ਦਾ ਵੀ ਅਸੀਂ ਨਸ਼ਰ ਕਰਾਂਗੇ, ਉਹਨਾਂ ਦੀ ਤਸੱਲੀ ਕਰਾਵਾਂਗੇ, ਜਿੱਦੇ ਸਾਡੇ ਡਿੱਕੇ ਚੜ੍ਹ ਗਏ ਕੋਈ ਦਿੱਕਤ ਨਹੀਂ। ਇਹ ਜਿੰਨਾ ਮਰਜ਼ੀ ਦਬਾ ਲੈਣ ਨਸ਼ਾ ਵੇਚਣ ਵਾਲੇ ਨੂੰ, ਅਤੇ ਜਿਹੜਾ ਮਤਲਬ ਕਿ ਆਹ ਛੇੜਛਾੜ ਵਾਲੇ ਨੂੰ, ਇਹ ਅਸੀਂ ਬਖਸ਼ਾਂਗੇ ਨਹੀਂ, ਸਾਡੇ ਕੋਲ ਸਾਰੇ ਸਬੂਤ ਹੈ, ਨੱਥੀ ਕਰਾਂਗੇ ਨਾਲ। ਪਿੰਡ ਦੇ ਮੌਜੂਦਾ ਸਰਪੰਚ ਨੇ ਪਿੰਡ ਲਈ ਕੀਤੇ ਕੰਮ ਦਿਖਾਏ, ਪਰ ਪਿੰਡ ਦੇ ਹੀ ਕੁਝ ਬਾਸ਼ਿੰਦਿਆਂ ਨੇ ਪਿੰਡ ਵਿੱਚ ਕਮੀਆਂ ਵੀ ਗਿਣਾਈਆਂ। ਇਹੋ ਹੀ ਲੋਕਤੰਤਰ ਦੀ ਖੂਬਸੂਰਤੀ ਹੈ। ਚੰਗਾ ਹੋਏਗਾ ਜੇ ਪ੍ਰਸ਼ਾਸਨ ਅਤੇ ਪੰਚਾਇਤ ਮੁਹੱਲਾ ਕਲੀਨਿਕ ਵਾਲਾ ਮਸਲਾ ਅਤੇ ਸਕੂਲ 'ਚ ਵੜ ਚੁੱਕੇ ਨਸ਼ੇ ਦਾ ਕੋਈ ਜਲਦ ਮੁਕੰਮਲ ਹੱਲ ਕਰੇ।